ਫਾਜ਼ਿਲਕਾ ਵਿੱਚ ਪਤੀ ਪਤਨੀ ਵਿੱਚ ਚੱਲ ਰਹੇ ਝਗੜੇ ਨੂੰ ਖਤਮ ਕਰਨ ਲਈ ਰਾਜ਼ੀਨਾਮਾ ਕਰਨ ਲਈ ਬੁਲਾਇਆ ਗਿਆ ਇੱਕ ਨਿੱਜੀ ਪੈਲਸ ਵਿੱਚ। ਉੱਥੇ ਕੁੜੀ ਵਾਲਿਆਂ ਨੇ ਮੁੰਡੇ ਤੇ ਮੁੰਡੇ ਦੇ ਪਰਿਵਾਰ ਉੱਪਰ ਹਮਲਾ ਕਰਕੇ ਕੀਤੀ ਕੁੱਟਮਾਰ। ਫਾਜ਼ਿਲਕਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਪਤਾ ਲੱਗਾ ਕਿ ਕਮਲ ਹਸਨ ਨਾਮ ਦਾ ਇੱਕ ਵਿਅਕਤੀ ਜਿਸਦਾ ਫਰਵਰੀ 2022 ਵਿੱਚ ਵਿਆਹ ਹੋਇਆ, ਇੱਕ ਬੇਟਾ ਵੀ ਹੈ। ਕਰੀਬ 1.5 ਸਾਲ ਤੋਂ ਉਸਦੀ ਆਪਣੀ ਪਤਨੀ ਨਾਲ ਲੜਾਈ ਝਗੜਾ ਚੱਲ ਰਿਹਾ ਹੈ ਜਿਸ ਦੇ ਚੱਲਦਿਆਂ ਉਸਦੀ ਪਤਨੀ ਪੇਕੇ ਚਲੀ ਗਈ। ਕਮਲ ਹਸਨ ਨੇ ਦੱਸਿਆ ਕਿ ਪੰਚਾਇਤੀ ਮੈਂਬਰ ਵੱਲੋਂ ਸਾਨੂੰ ਮੈਸੇਜ ਲਗਾਇਆ ਗਿਆ ਸੀ ਕਿ ਕੁੜੀ ਵਾਲੇ ਰਾਜ਼ੀਨਾਮਾ ਕਰਨਾ ਚਾਹੁੰਦੇ ਨੇ, ਜਿਸ ਦੇ ਚੱਲਦੇ ਅਸੀਂ ਇੱਕ ਨਿੱਜੀ ਪੈਲਸ ਵਿੱਚ ਗਏ ਤੇ ਉੱਥੇ ਪਹੁੰਚਦੇ ਸਾਰ ਹੀ ਕੁੜੀ ਵਾਲਿਆਂ ਵੱਲੋਂ ਕੁੱਟਮਾਰ ਤੇ ਗਾਲੀ ਗਲੋਚ ਕੀਤੀ ਗਈ, ਜਿਸ ਵਿੱਚ 2 ਔਰਤਾਂ ਸਣੇ 5 ਜਣੇ ਜ਼ਖਮੀ ਹੋ ਗਏ ਤੇ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਏ ਗਏ। ਮੇਰਾ ਵਾਈਫ ਦੇ ਨਾਲ ਨਾ ਡਿਸਪਿਊਟ ਚੱਲ ਰਿਹਾ, 1.5 ਸਾਲ ਹੋ ਗਿਆ। ਉਹ ਅਲੱਗ ਅਲੱਗ ਥਾਣਿਆਂ ਦੇ ਵਿੱਚ ਦਰਖਾਸਤਾਂ ਦੇ ਦਿੰਦੀ ਹੈ ਤੇ ਮਤਲਬ ਕਿ ਝੂਠੀਆਂ ਦਰਖਾਸਤਾਂ ਦਿੰਦੀ ਹੈ, ਸਾਨੂੰ ਅਲੱਗ ਜਗ੍ਹਾ ਤੇ ਬੁਲਾ ਕੇ ਸਾਡੇ ਤੇ ਹਮਲਾ ਕਰਾਉਂਦੇ ਆ। ਤੇ ਜੀ ਇਹਨਾਂ ਨੇ ਸਾਨੂੰ ਸ਼ੁੱਕਰਵਾਰ DSP ਆਫਿਸ ਤੋਂ ਫੋਨ ਆਇਆ ਸੀ ਕਿ ਤੁਹਾਨੂੰ ਪਰਵਾਨਾ ਕੱਟਿਆ ਹੋਇਆ। ਮੈਂ ਸ਼ਨੀਵਾਰ ਨੂੰ ਫਲੱਡ ਬ੍ਰਾਂਚ ਦੇ ਵਿੱਚ ਬੈਠਾ ਸੀ ਡਿਪਟੀ ਕਮਿਸ਼ਨਰ ਦਫ਼ਤਰ ਫਾਜ਼ਿਲਕਾ ਦੇ ਵਿੱਚ, ਤੇ ਮੈਨੂੰ ਮੈਸੇਜ ਆ ਗਿਆ ਕਿ ਤੁਹਾਨੂੰ ਪਰਵਾਨਾ ਕੱਟਿਆ ਗਿਆ, ਤੁਸੀਂ ਐਤਵਾਰ ਨੂੰ ਪੇਸ਼ ਹੋ ਜੀ। ਅਸੀਂ ਉੱਥੇ ਚੱਲ ਗਏ ਸੀਗੇ, ਹੁਣ ਇਹਨਾਂ ਨੇ ਲਾਸਟ ਵਾਰੀ ਸਾਨੂੰ ਕਿਹਾ ਸੀਗਾ ਵੀ ਤੁਸੀਂ ਆ ਕੇ ਆਪਦੇ ਬਿਆਨ ਦਿਓ, ਤੇ ਅਸੀਂ ਉੱਥੇ ਜੀ ਅੱਜ ਸਵੇਰੇ ਗਿਆ ਬਿਆਨ ਦੇਣ ਪਹੁੰਚਿਆ। ਅਸੀਂ ਥਾਣੇ ਪਹੁੰਚਿਆ ਜੀ, ਸਵੇਰੇ ਦਫ਼ਤਰ ਵੀ ਮੈਂ ਇੰਟੀਮੇਟ ਕਰਕੇ ਗਿਆ ਜੀ, ਛੁੱਟੀ ਪਾ ਕੇ ਗਿਆ ਮੈਂ ਆਪਦੇ HRMS ਕੋਰਟ ਦੇ ਵਿੱਚ ਕਿ ਮੈਂ DSP ਦਫ਼ਤਰ ਮਲੋਟ ਜਾ ਰਿਹਾ ਜੀ। ਅਸੀਂ ਆਪਦੇ ਮੋਹਤਵਾਰ ਬੰਦੇ ਦੇ ਨਾਲ, ਆਪਦਾ ਬਿਲਕੁਲ ਸਿਆਣੇ ਬੰਦਿਆਂ ਦੇ ਨਾਲ, ਵਿਅਕਤੀਆਂ ਦੇ ਨਾਲ ਅਸੀਂ ਥਾਣੇ 'ਚ ਪਹੁੰਚ ਗਈਆਂ, ਜਿਹਦੇ ਵਿੱਚ ਮੇਰੀ ਮੰਮੀ ਮਧੂਬਾਲਾ, ਮੈਂ ਅਤੇ ਮੇਰੇ ਮਾਮਾ ਜੀ ਸੀਗੇ ਦੋਵੇਂ, ਸੂਰਜ ਅਤੇ ਦੇਵਾਨੰਦ ਜੀ, ਅਤੇ ਮੇਰੀ ਮਾਮੀ ਜੀ ਸੀਗੀ, ਅਤੇ ਨਾਲ ਹੀ ਮੇਰੇ ਉਮੀ, ਸਾਡਾ ਓਮ ਪ੍ਰਕਾਸ਼ ਜਿਹਦਾ ਨਾਂ ਹੈ ਉਮੀ MC, ਅਤੇ ਕ੍ਰਿਸ਼ਨ ਜੀ, ਇਹ ਵੀ ਸਾਡੇ ਮੋਹਤਵਾਰ ਬੰਦੇ ਸਾਡੇ ਨਾਲ ਗਏ ਸੀਗੇ ਜੀ। ਉੱਥੇ ਅਸੀਂ ਪੂਰੀ ਜੀ ਚਲੋ ਵੀਡੀਓ ਖਿੱਚ ਬਣਾਈ ਹੈ, ਅਤੇ ਥੋੜ੍ਹਾ ਉੱਥੇ ਅਟੈਂਡੈਂਸ ਲਾਈ ਅਸੀਂ ਕਿ ਅਸੀਂ DSP ਦਫ਼ਤਰ ਮਲੋਟ ਪਹੁੰਚ ਚੁੱਕੇ ਹਾਂ। ਰੀਡਰ ਕੋਲ ਅਸੀਂ ਅੰਦਰ ਗਏ ਹਾਂ ਕਿ ਰੀਡਰ ਸਾਹਿਬ, ਉਹਨਾਂ ਨੂੰ ਤੁਸੀਂ ਮੈਸੇਜ ਲਾ ਦਿਓ ਦੂਜੀ ਪਾਰਟੀ ਇੱਧਰ ਆ ਜਾਵੇ। ਉਹ ਕਹਿੰਦੇ ਜੀ ਤੁਸੀਂ 15 ਮਿੰਟ ਗੱਲ ਕਰ ਲਓ ਬਾਹਰ, ਡਿਪਟੀ ਸਾਹਿਬ ਹੈ ਨਹੀਂ ਕਿ ਐਵੀਡੈਂਸ 'ਤੇ ਗਏ ਆ ਜੀ, ਅਤੇ ਉਹ ਕਹਿੰਦੇ ਤੁਸੀਂ ਉਹਨਾਂ ਨੂੰ ਇੰਟੀਮੇਟ ਕਰ ਦਿਓ ਜੀ। ਸਾਨੂੰ ਉਹਨਾਂ ਦੇ ਬੰਦਿਆਂ ਦਾ, ਜਗਨ ਦਾ ਫੋਨ ਆ ਗਿਆ ਸਾਡੇ ਮੋਹਤਵਾਰ ਬੰਦਿਆਂ ਨੂੰ ਕਿ ਅਸੀਂ ਗੈਸਟ ਹਾਊਸ ਬੁੱਕ ਕੀਤਾ, ਤੁਸੀਂ ਉੱਥੇ ਆ ਜਾਓ। ਸਾਨੂੰ ਕੱਲ੍ਹ ਸ਼ਾਮ ਤੋਂ ਹੀ ਫੋਨ ਆ ਰਿਹਾ ਕਿ ਤੁਸੀਂ ਥਾਣੇ 'ਚ ਨਹੀਂ ਜਾਣਾ, ਤੁਸੀਂ ਸਾਡੇ ਘਰ ਬਹਿ ਜਾਓ, ਅਸੀਂ ਸਾਡੀ ਦੁਕਾਨ 'ਤੇ ਆ ਜਾਓ, ਸਾਡੇ ਇੱਧਰ ਆ ਜਾਓ, ਉੱਧਰ ਆ ਜਾਓ। ਅਤੇ ਜੀ ਅਸੀਂ ਫਿਰ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਗੈਸਟ ਹਾਊਸ ਬੁੱਕ ਕੀਤਾ ਸੀ, ਕਹਿੰਦੇ ਜੀ ਮੰਤਰੀ ਨੇ ਬਲਜੀਤ ਕੌਰ ਮਲੋਟ ਦੀ, ਉਹਨਾਂ ਦਾ ਕੋਈ ਗੈਸਟ ਹਾਊਸ ਹੈ, ਤੁਸੀਂ ਉੱਥੇ ਆ ਜਾਓ। ਅਸੀਂ ਜੀ ਇਤਬਾਰ ਕਰਕੇ ਚੱਲ ਗਏ, ਅਸੀਂ ਉਸ ਗੈਸਟ ਹਾਊਸ ਦੇ ਵਿੱਚ ਗਏ ਹਾਂ ਜੀ। ਉੱਥੇ ਕੋਈ ਵੀ ਨਹੀਂ ਸੀ, ਸਾਰਾ ਖਾਲੀ ਹਾਲ ਸੀਗਾ, ਉਹ ਮੈਰਿਜ ਬਿਊਰੋ ਟਾਈਪ ਸੀ ਜੀ। ਇਹ ਗੱਡੀਆਂ ਭਰ ਭਰ ਕੇ ਉੱਥੇ ਆਈਆਂ, ਅਤੇ ਅਸੀਂ ਫਿਰ ਚੁੱਪ ਸੀਗੇ ਆਪਦੇ। ਮੇਰੇ ਮੋਹਤਵਾਰ ਬੰਦੇ, ਮੇਰੇ ਮਾਮਾ ਜੀ ਅੰਦਰ ਗਏ, ਇਹਨਾਂ ਨਾਲ ਆਰਾਮ ਨਾਲ ਗੱਲ ਕਰ ਰਿਹਾ। ਉਹ ਇੰਨੀ ਉੱਚੀ ਉੱਚੀ ਸਾਨੂੰ ਗਾਲੀ ਗਲੋਚ ਕਰ ਰਿਹਾ, ਅਤੇ ਸਾਡੀਆਂ ਮਾਵਾਂ ਧੀਆਂ ਨੂੰ ਗਾਲਾਂ ਕੱਢ ਰਹੇ ਸੀ। ਅਸੀਂ ਕੁਛ ਨਹੀਂ ਕਿਹਾ, ਅਸੀਂ ਕਿਹਾ ਕਿ ਅਸੀਂ ਥਾਣੇ ਚੱਲੇ ਹਾਂ। ਉਵੇਂ ਹੀ ਜੀ ਉਹਨਾਂ ਨੇ ਸਾਨੂੰ ਪਿੱਛੋਂ ਬੁਲਾ ਕੇ ਹਮਲਾ ਕੀਤਾ, ਅਤੇ 2 ਗੱਡੀਆਂ ਹੋਰ ਮੰਗਾ ਲਈਆਂ, ਜਿਨ੍ਹਾਂ ਦੇ ਵਿੱਚ ਕੋਈ 20-22 ਅਣਪਛਾਤੇ ਬੰਦੇ ਸੀਗੇ। ਅਸੀਂ 5 ਲੋਕ ਜ਼ਖਮੀ ਹੋਏ ਹਾਂ ਜੀ। ਉਹਦੇ ਵਿੱਚ ਮਧੂਬਾਲਾ, ਮੇਰੇ ਮੰਮੀ ਹੈ, ਮੈਂ, ਮੇਰੇ ਭੂਆ ਜੀ, ਅਤੇ ਸੁਨੀਤਾ ਰਾਣੀ, ਫੁੱਫੜ ਹੈ ਰਾਜਾ ਰਾਮ, ਅਤੇ ਮੇਰੇ ਚਾਚਾ ਜੀ। ਮੇਰੇ ਚਾਚਾ ਜੀ ਇਹਨਾਂ ਨੇ ਬਹੁਤ ਕੁੱਟਮਾਰ ਕੀਤੀ ਹੈ, ਅਤੇ ਇਹ ਇਹਨਾਂ ਕੋਲ ਤੇਜ਼ਧਾਰ ਹਥਿਆਰ ਸੀ। ਉੱਥੇ ਮੈਂ ਵੀਡੀਓ ਸ਼ੂਟ ਕੀਤੀ ਹੈ ਫਟਾਫਟ, ਅਤੇ ਬਾਹਰ ਆ ਕੇ ਸ਼ੋਰ ਮਚਾ ਕੇ ਅਸੀਂ ਫਟਾਫਟ ਜਾਨ ਬਚਾ ਕੇ ਕਿਵੇਂ ਨਾ ਕਿਵੇਂ ਫਾਜ਼ਿਲਕਾ ਪਹੁੰਚਿਆ। ਇਹ ਜੀ ਬਸ ਛੋਟੀਆਂ ਛੋਟੀਆਂ ਗੱਲਾਂ 'ਤੇ ਇਹਦੇ ਵਿੱਚ ਮੇਰਾ ਸਹੁਰਾ ਸੀਗਾ, ਉਹ ਇਹੀ ਡਿਮਾਂਡ ਕਰਦੇ ਸੀ ਬਈ ਇਹਨੂੰ ਖੁੱਲ੍ਹਾ ਖਰਚਾ ਦੇ, ਆਪਦੀ ਸੈਲਰੀ ਦੇ, ਠੀਕ ਹੈ। ਅਤੇ ਉਹ ਜਿਹੜੀਆਂ ਸੀਗੀਆਂ ਮੇਰੀ ਸਟੇਟਮੈਂਟਾਂ ਮੈਂ ਦਿੱਤੀਆਂ ਹੋਈਆਂ ਕਿ ਸਾਡੇ ਪੰਚਾਇਤੀ ਬੰਦਿਆਂ ਨੂੰ ਵੀ ਪਤਾ ਸੀ, ਇਹਨਾਂ ਦਾ ਇੱਕ ਹੀ ਮੋਟਿਵ ਸੀ ਕਿ ਸਾਨੂੰ 20 ਲੱਖ ਰੁਪਈਆ ਦਿਓ, ਅਸੀਂ ਕਿਹੜੀ ਕੁੜੀ ਕਿਤੇ ਹੋਰ ਵਿਆਹੁਣੀ ਹੈ। ਸਿਰਫ ਉਹ ਮਨੀ ਮਾਈਂਡਿਡ ਅਤੇ ਪੈਸੇ ਦੇ ਚੱਕਰ ਦੇ ਵਿੱਚ ਸਾਡੇ ਨਾਲ ਆਹ ਕੁਛ ਕਰ ਰਹੇ ਆ। ਇੱਥੋਂ ਜੀ ਪੰਚਾਇਤ ਗਈ ਸੀ, ਉਹਨਾਂ ਨੇ ਕਿਹਾ ਵੀ ਪੰਚਾਇਤ ਉੱਥੋਂ ਦੀ, ਪੰਚਾਇਤ ਨੇ ਵੀ ਟਾਈਮ ਦਿੱਤਾ ਹੋਇਆ ਸੀ ਸਾਡੇ ਓਮ ਪ੍ਰਕਾਸ਼ ਜੀ ਸਾਹਿਬ, ਚੋਲ ਸਾਹਿਬ, ਅਸੀਂ ਨਾਲ ਗਏ ਪੰਚਾਇਤ ਗਈ। ਅਸੀਂ ਕਿਹਾ ਉੱਥੇ ਜਾ ਕੇ ਗੱਲ ਕਰਾਂਗੇ, ਚਲੋ ਦੋਵੇਂ ਤਰ੍ਹਾਂ ਦੀ ਪੰਚਾਇਤ ਬਹਿ ਕੇ ਇਹਨੂੰ ਮਸਲੇ ਨੂੰ ਸੁਲਝਾਏਗੀ।
ਤੇ ਉੱਥੇ ਜਾ ਕੇ ਕੋਈ ਗੱਲ ਨਹੀਂ ਹੋਈ ਹੈ ਜੀ। ਉੱਥੇ ਜਾ ਕੇ ਆਉਂਦੇ ਨਾਲ ਹੀ ਉਹ ਪੁੱਠਾ ਸਿੱਧਾ ਬੋਲਣ ਲੱਗ ਗਏ, ਇੱਧਰੋਂ ਇਹ ਵੀ, ਦੋਵੇਂ ਪਾਸੇ ਹੀ ਇਹਨਾਂ ਦੀ ਆਪਸ ਵਿੱਚ ਉੱਥੋਂ ਮੁੱਠਾ ਹੋ ਗਈ। ਔਰ ਬਾਕੀ ਉਹਨਾਂ ਦੇ ਪਹਿਲੇ ਹੁੰਦੇ ਮੁੰਡੇ ਪਹਿਲਾਂ ਹੀ ਹੈਗੇ ਜੀ। ਉਹ ਅਸੀਂ ਉੱਥੇ ਗਏ ਸੀ ਪੰਚਾਇਤ ਕਰਨ ਵਾਸਤੇ, ਅਸੀਂ ਕੁਛ ਨਹੀਂ ਕਿਹਾ ਉਹਨਾਂ ਨੂੰ, ਅਸੀਂ ਬਾਹਰ ਖੜੇ ਸੀ, ਆ ਕੇ ਸਾਡੇ ਮੁੰਡੇ ਦੇ ਹੱਥ ਪਾਉਣ ਲੱਗੇ, ਫਿਰ ਮੇਰੇ ਘਰ ਵਾਲੇ ਦੇ ਪਾਇਆ, ਫਿਰ ਮੇਰੇ ਭਰਾ ਦੇ ਪਾਇਆ, ਮੇਰੀ ਭਰਜਾਈ ਦੇ, ਉਹਨਾਂ ਦੀ ਦੋਨੇ ਕੁੜੀਆਂ ਨੇ ਮੈਨੂੰ ਪਿੱਛੋਂ ਖਿੱਚ ਕੇ ਥੱਲੇ ਮਾਰਿਆ ਡੇਗ ਕੇ, ਤੇ ਮੇਰੀ ਸਾਰੀਆਂ ਚੂੜੀਆਂ ਤੋੜਤੀਆਂ, ਮੈਨੂੰ ਉਹਦੇ ਪਿਓ ਨੇ ਮੇਰੇ ਕੱਪੜੇ ਫਾੜੇ, ਉਹਦੇ ਪਿਓ ਨੇ ਮੈਨੂੰ 3-4 ਮਾਰ ਲਪੇੜੇ। ਇਹ ਮੇਰਾ ਭਤੀਜਾ, ਇਹ ਮੇਰੇ ਭਰਾ ਦਾ ਮੁੰਡਾ, ਤੇ ਅਸੀਂ ਤਾਂ ਉਹੀ ਗਏ ਸੀ, ਤੇ ਇਹਨਾਂ ਨੇ ਸਾਨੂੰ ਮੈਂਟਲੀ ਤੌਰ ਤੇ ਬਹੁਤ ਪਰੇਸ਼ਾਨ ਕੀਤਾ ਹੈ, ਸਾਨੂੰ ਗਾਲਾਂ ਕੱਢਦੇ ਨੇ ਬਹੁਤ, ਬੱਚਿਆਂ ਨੂੰ ਸਾਡਿਆਂ ਨੂੰ ਮੈਸੇਜ ਕਰਦੇ ਨੇ ਗੰਦੀਆਂ ਗੰਦੀਆਂ ਗਾਲਾਂ, ਕੁੜੀ ਕੱਢਦੀ ਹੈ। ਉਹਨੇ ਗੁੰਡੇ ਬੁਲਾਏ ਹੋਏ ਸੀ ਮੇਰੇ ਭਰਾ ਦੇ, ਸੱਟ ਮਾਰੀ ਉਹਨਾਂ ਨੇ ਗੁੰਡਿਆਂ ਨੇ, ਅਸੀਂ ਮਸਾ ਜਾਨ ਭਜਾ ਕੇ ਭੱਜੇ। ਫਿਰ ਅਸੀਂ ਅਨਿਆਏ ਚਾਹੁੰਦੇ ਹਾਂ ਬਈ, ਅਸੀਂ ਸਾਡੇ ਨਾਲ ਅਨਿਆਏ ਹੋਵੇ, ਅਨਿਆਏ ਬਹੁਤ ਹੋਇਆ ਸਾਡੇ ਨਾਲ, ਕਿਉਂਕਿ 3-4 ਵਾਰੀ ਸਾਡੇ ਬਾਹਰ ਕੀਤਾ ਇਹਨਾਂ ਨੇ। ਕੋਈ ਇਹਨਾਂ ਦੀ ਲੜਾਈ ਹੋਈ ਹੈ, ਕੋਈ ਰਾਜਨਾਮੇ ਲਈ ਗਏ ਸੀਗੇ ਸ਼ਾਇਦ, ਮਲੋਟ ਗਏ ਸੀ, ਮਲੋਟ ਦੇ ਇੰਸੀਡੈਂਟਸ ਹੈ, ਵੈਸੇ ਸਟੇਬਲ ਨੇ, ਕੋਈ ਸੱਟ ਵਗੈਰਾ ਨਹੀਂ ਜਾਣਾ, ਸਟੇਬਲ ਨੇ ਕੁਛ। ਉਹਨਾਂ ਨੂੰ ਇਨਫੋਰਮ ਕਰਤਾ ਆਪਾਂ ਕਿ ਇੰਸੀਡੈਂਟ ਜੋ ਪਲੇਸ ਹੈ ਕਿ ਪਰਚਾ ਉੱਥੋਂ ਕਟਵਾਉਣਾ ਤੁਹਾਡੇ ਲਈ, ਮਤਲਬ ਬੈਟਰ ਰਹਿੰਦਾ ਹੈ ਕਿ ਅੱਗੇ ਪੁਲਿਸ ਵਾਲੇ ਕਾਰਵਾਈ ਕਰਵਾਉਣ, ਪਰ ਉਹ ਕਹਿੰਦੇ ਨਹੀਂ ਅਸੀਂ ਇੱਥੇ ਹੀ ਕਟਵਾਉਣਾ। ਉਹ ਆਪਣੇ ਵੱਲੋਂ ਲਿਖਤ 'ਚ ਦੇ ਦਿੱਤਾ ਉਹਨਾਂ ਨੇ ਵੀ ਜੋ ਵੀ ਅੱਗੇ ਹੋਊਗਾ ਅਸੀਂ ਆਪਣੇ ਆਪ ਕਰਵਾ ਲਵਾਂਗੇ, ਅਤੇ ਉਹਨਾਂ ਨੇ ਐਪਲੀਕੇਸ਼ਨ ਦਿੱਤੀ ਵੀ ਅਸੀਂ ਪਰਚਾ ਪਰਚਾ ਫਿਰ ਇੱਥੇ ਹੀ ਕੱਟ ਰਹੇ ਹਾਂ।